ਸ਼ੁਭ ਦਿਹਾੜਾ ਹੈ। ਅਸੀਂ ਵੈਸੇ ਤਾਂ ਟੀਚਰਸ ਦੇ ਹਰ ਸਾਲ ਹੀ ਮਨਾਉਂਦੇ। 1998 ਦੇ ਵਿੱਚ ਰੀਜਨਲ ਸੈਂਟਰ ਮੁਕਤਸਰ ਸਟੈਬਲਿਸ਼ ਹੋਇਆ ਸੀ। ਉਸ ਤੋਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਤਕਰੀਬਨ 25 ਸਾਲ ਹੋ ਗਏ ਟੀਚਰਸ ਦੇ। ਇਸ ਤਰ੍ਹਾਂ ਅੱਜ ਦਾ ਜੋ ਦਿਨ ਸੀ ਬਹੁਤ ਸਪੈਸ਼ਲ ਹੈ, ਕਿਉਂਕਿ ਆਨਰੇਬਲ ਸੀਨੀਅਰ ਮੁਕਤਸਰ ਉਹ ਅੱਜ ਇੱਥੇ ਖੁਦ ਆਏ ਸੀ। ਉਹਨਾਂ ਨੇ ਲੀਗਲ ਨਿਊ ਕ੍ਰਿਮੀਨਲ ਲਾਜ਼ ਉੱਤੇ ਇੱਕ ਬਹੁਤ ਹੀ ਅਸੀਂ ਅੱਜ ਐਸ ਪਰ ਦੀ ਡਾਇਰੈਕਸ਼ਨ ਆਫ ਲਾਰਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬ ਮੁਕਤਸਰ ਸਾਹਿਬ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹਿਸਾਬ ਦੇ ਨਾਲ ਅਸੀਂ ਅੱਜ ਇੱਥੇ ਰੀਜਨਲ ਸੈਂਟਰ ਦੇ ਵਿੱਚ ਟੀਚਰਸ ਡੇ ਸੈਲੀਬ੍ਰੇਟ ਕੀਤਾ। ਅਤੇ ਇਹ ਸੈਲੀਬ੍ਰੇਸ਼ਨ ਦੇ ਨਾਲ ਨਾਲ ਅਸੀਂ ਜਿਹੜਾ ਬੱਚਿਆਂ ਨੂੰ ਹੈ ਤਿੰਨ ਨਵੇਂ ਕ੍ਰਿਮੀਨਲ ਲਾਜ਼ ਨੇ ਜਿਹੜੀਆਂ ਉਹਨਾਂ ਬਾਰੇ ਵੀ ਅਵੇਅਰਨੈਸ ਕ੍ਰੀਏਟ ਕੀਤੀ। ਅਤੇ ਉਹ ਤੋਂ ਬਿਨਾਂ ਅਸੀਂ ਬੱਚਿਆਂ ਨੂੰ ਜਿਹੜੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਜਿਹੜੇ ਫੰਕਸ਼ਨਸ ਨੇ ਜੋ ਅਸੀਂ ਪਰਫੋਰਮ ਕਰਦੇ ਹਾਂ ਉਹਦੇ ਬਾਰੇ ਵੀ ਅਵੇਅਰਨੈਸ ਦਿੱਤੀ। ਬੱਚਿਆਂ ਨੂੰ ਦੱਸਿਆ ਕਿ ਕੌਣ ਕੌਣ ਫ੍ਰੀ ਲੀਗਲ ਏਡ ਲੈ ਸਕਦੇ ਹਾਂ, ਕਿਹਨਾਂ ਕਿਹਨਾਂ ਨੂੰ ਅਸੀਂ ਕੰਪਨਸੇਸ਼ਨ ਪ੍ਰੋਵਾਈਡ ਕਰਦੇ ਹਾਂ, ਪਰਮਾਨੈਂਟ ਲੋਕ ਅਦਾਲਤ ਜਿਹੜੇ ਲੋਕ ਅਦਾਲਤਾਂ ਚੱਲ ਰਹੀਆਂ ਨੇ, ਅਤੇ ਇਹਦੇ ਨਾਲ ਹੀ ਅਸੀਂ ਫ੍ਰੀ ਇੰਸਟੀਟਿਊਸ਼ਨ ਮੀਡੀਏਸ਼ਨ ਹੈ ਜਿਹੜੀ ਉਹਦੇ ਬਾਰੇ ਵੀ ਬੱਚਿਆਂ ਨੂੰ ਅਵੇਅਰ ਕੀਤਾ। ਮੈਡਮ, ਕਿੰਨੇ ਕੁ ਸਟੂਡੈਂਟਾਂ ਨੇ ਇਹਦੇ ਵਿੱਚ ਜਿਹੜਾ ਹਿੱਸਾ ਲਿਆ ਅਤੇ ਕਿੰਨੇ ਕੁ ਸਟੂਡੈਂਟਾਂ ਨੇ ਤੁਹਾਡੀਆਂ ਗੱਲਾਂ 'ਤੇ ਅਸਰ ਕਰਨ ਦੀ ਕੋਸ਼ਿਸ਼ ਕੀਤੀ? ਦੇਖੋ, ਅੱਜ ਲੋਅ ਤੋਂ ਬਿਨਾਂ ਪੰਜਾਬੀ ਡਿਪਾਰਟਮੈਂਟ ਦੇ ਅਤੇ ਇੰਗਲਿਸ਼ ਡਿਪਾਰਟਮੈਂਟ ਦੇ ਬੱਚੇ ਵੀ ਇੱਥੇ ਕਾਫੀ ਸਾਰੇ ਪ੍ਰੈਜੈਂਟ ਹੁੰਦੇ ਸੀ, ਅਤੇ ਇੰਟਰੈਕਸ਼ਨ ਬੱਚਿਆਂ ਨੇ ਕੀਤੀ। ਬਹੁਤ ਸਾਰੇ ਕੁਸ਼ਚਨ ਜਿਹੜੇ ਉਹਨਾਂ ਨੇ ਪੁੱਛੇ ਮੇਰੇ ਤੋਂ, ਬਹੁਤ ਸਾਰੇ ਉਹਨਾਂ ਦੇ ਡਾਊਟ ਸੀਗੇ ਜਿਹੜੇ ਮੈਂ ਇਹ ਸੋਚ ਕੇ ਆਈ ਸੀ ਵੀ ਥੋੜ੍ਹਾ ਜਿਹਾ 10-15 ਮਿੰਟ ਦਾ ਲੈਕਚਰ ਹੋਊਗਾ, ਕਾਫੀ ਲੰਬਾ ਸੀਗਾ ਕਿਉਂਕਿ ਬੱਚਿਆਂ ਨੇ ਕਾਫੀ ਕੁਸ਼ਚਨ ਪੁੱਛੇ ਅਤੇ ਕਾਫੀ ਉਹਨਾਂ ਦੇ ਡਾਊਟਸ ਕਲੀਅਰ ਹੋਏ। ਮੈਡਮ ਜੀ, ਇੱਕ ਜਿਹੜਾ ਨਵੇਂ ਦੇਖੋ, ਜਿਹੜੇ ਨਵੇਂ ਕਾਨੂੰਨ ਤਿੰਨ ਨੇ ਬਹੁਤ ਵਾਸਟ ਨੇ, ਹੁਣ ਇੱਦਾਂ ਮੈਂ ਤੁਹਾਨੂੰ ਐਵੇਂ ਨਹੀਂ ਸਮਝਾ ਸਕਦੀ ਕਿ ਅਮੈਂਡਮੈਂਟਸ ਹੋਈਆਂ ਨੇ। ਬਹੁਤ ਸਾਰੀਆਂ ਅਮੈਂਡਮੈਂਟਸ ਹੋਈਆਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਮਿਲੇਗਾ। ਲੋਕ ਅਦਾਲਤ ਹੁਣ ਜਿਹੜੀ ਨੈਕਸਟ ਹੈਗੀ ਹੈ 14-9 ਨੂੰ ਲੱਗਣ ਜਾ ਰਹੀ ਹੈ। ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਜਿਹੜੀ 14-9 ਵਾਲੀ ਲੋਕ ਅਦਾਲਤ ਹੈ ਉਹਦੇ 'ਚ ਮੈਕਸੀਮਮ ਪਾਰਟੀਸਪੇਟ ਕਰੋ ਅਤੇ ਆਪਣੇ ਜਿਹੜੇ ਪੈਂਡਿੰਗ ਕੇਸਿਸ ਨੇ ਅਤੇ ਜਾਂ ਜਿਹੜੇ ਕੇਸਿਸ ਬੈਂਕ ਵਗੈਰਾ ਤੁਹਾਡੇ 'ਤੇ ਪਾ ਸਕਦਾ ਪ੍ਰੀ ਲਿਟੀਗੇਟਿਵ, ਉਹਨਾਂ ਨੂੰ ਵੀ ਮੈਕਸੀਮਮ ਕੇਸਿਸ ਲੋਕ ਅਦਾਲਤ ਦੇ ਵਿੱਚ ਡਿਸਪੋਜ਼ਲ। ਮੈਡਮ, ਜਿਵੇਂ ਇੱਕ ਪੁਲਿਸ ਵੱਲੋਂ ਰੱਪ ਪਾ ਕੇ ਛੱਡ ਦਿੱਤੀ ਜਾਂਦੀ, ਉਹਦੇ ਬਾਰੇ ਕੀ ਜਾਣਕਾਰੀ? ਨਹੀਂ, ਪੁਲਿਸ ਵਾਲੇ ਰਪਟ ਪਾ ਕੇ ਨਹੀਂ ਇੱਦਾਂ ਛੱਡਦੇ। ਜਿਹੜੇ ਕੋਗਨੀਜੀਬਲ ਓਫੈਂਸਿਸ ਹੁੰਦੇ ਨੇ ਉੱਥੇ ਸੁਪਰੀਮ ਕੋਰਟ ਆਫ ਇੰਡੀਆ, ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੀਆਂ ਡਾਇਰੈਕਸ਼ਨਸ ਨੇ ਕਿ FIR ਕਰਨੀ ਮੈਂਡੇਟਰੀ ਹੈ। ਜਿਹੜੇ ਛੋਟੇ ਮੋਟੇ ਓਫੈਂਸ ਨੇ ਤੇ ਹੁਣ ਤਾਂ ਵੈਸੇ ਵੀ ਲਾਅ ਚੇਂਜ ਹੋ ਗਿਆ ਅਤੇ ਰਪਟ ਪਾ ਕੇ ਕੋਈ ਜਿਹੜਾ ਕੋਗਨੀਜੀਬਲ ਓਫੈਂਸ ਹੈ ਉਹਦੇ 'ਚ ਪੁਲਿਸ ਵਾਲੇ ਨਹੀਂ ਛੱਡਦੇ। ਇੱਕ ਮੈਡਮ, ਜਿਵੇਂ ਲੋਕ ਅਦਾਲਤ ਲੱਗਣ ਜਾ ਰਹੀ ਹੈ, ਜਿਹੜੇ ਆਮ ਲੋਕ ਨਹੀਂ ਲੋਕ ਅਦਾਲਤ 'ਤੇ ਪਹੁੰਚਦੇ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ? ਨਹੀਂ, ਅਸੀਂ ਲੋਕ ਅਦਾਲਤ ਦੇ ਵਿੱਚ ਅਸੀਂ ਲੋਕਾਂ ਨੂੰ ਇਹੀ ਮੈਂ ਅਪੀਲ ਕਰਦੀ ਹਾਂ ਕਿ ਮੈਕਸੀਮਮ ਲੋਕ ਆਉਣ ਇੱਥੇ, ਅਤੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਤਾਂ ਉਹਦਾ ਸਭ ਤੋਂ ਅੱਛਾ ਵਾਇਆ ਮੀਡੀਆ ਤੁਸੀਂ ਹੀ ਹੋ, ਤੁਸੀਂ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕਰਨੀ ਹੈ ਕਿ ਉਹ ਮੈਕਸੀਮਮ ਆਪਣੇ ਕੇਸਿਸ ਜਿਹੜੇ ਨੇ ਲੋਕ ਅਦਾਲਤ 'ਚ ਕਰਵਾਉਣ। ਇਸ ਵਾਰੀ ਜਿਹੜੇ ਨਹੀਂ ਆ ਸਕਦੇ ਤਾਂ ਅਗਲੇ ਜਿਹੜੇ 3 ਮਹੀਨੇ ਬਾਅਦ ਲੋਕ ਅਦਾਲਤ ਲੱਗੂਗੀ ਡਿਊ ਕੋਰਸ ਆਫ ਟਾਈਮ, ਉਹਦੀ ਡੇਟ ਅਸੀਂ ਤੁਹਾਨੂੰ ਇਨਫੋਰਮ ਕਰ ਦਾਂਗੇ ਅਤੇ ਉੱਥੇ ਆਪਣੇ ਕੇਸਿਸ ਕਰਵਾਉਣ।